ਮੇਰਾ ਮੀਨੂ ਨਾਮ ਹੈ ਤੇ ਮੀਨੂ ਜੀ ਜਿਹੜੀ ਘਟਨਾ ਹੋਈ ਹੈ ਕੀ ਪੂਰੀ ਘਟਨਾ ਵਾਪਰੀ ਹੈ ਜਿਹੜੀ ਦੁਪਹਿਰੇ ਹੋਈ ਮੈਂ ਬੇਟੀ ਨੂੰ ਲੈ ਕੇ ਆਈ ਸੀ ਆਪਣੇ ਉਹਨੇ ਮੇਰੇ ਗਰਦਨ ਤੋਂ ਮਤਲਬ ਉਹਨੇ ਚਾਨ ਖੋਣ ਦੀ ਕੋਸ਼ਿਸ਼ ਕੀਤੀ ਦੋ ਬੰਦੇ ਸੀਗੇ ਬਾਈਕ ਤੇ ਮੈਂ ਪਿੱਛੋਂ ਉਹਨਾਂ ਨੂੰ ਕਾਲਰ ਤੋਂ ਪਕੜ ਲਿਆ ਬਸ ਫਿਰ ਉਹ ਅੱਗੇ ਜਾ ਕੇ ਥੋੜ੍ਹਾ ਜਿਹਾ ਗਿਰ ਗਿਆ ਅਤੇ ਉਹ ਫਿਰ ਜਦ ਸਾਰੇ ਗਲੀ ਵਾਲੇ ਇਕੱਠੇ ਹੋ ਗਏ ਤਾਂ ਉਹਨੇ ਮੈਨੂੰ ਮਤਲਬ ਚੈਨ ਸੁੱਟ ਦਿੱਤੀ ਅਤੇ ਆਪ ਭੱਜ ਗਏ ਦੋਨੋਂ ਜਣੇ ਅਤੇ ਪਹਿਲਾਂ ਵੀ ਕਦੀ ਇਸ ਇਲਾਕੇ 'ਚ ਦਿਖੇ ਨੇ ਲੜਕੇ ਇੰਨਾ ਤਾਂ ਮੈਂ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਰਿਕਮੰਡਲੀ ਅੰਦਰ ਹੀ ਰਹਿੰਦੇ ਹਾਂ ਅਸੀਂ ਤੁਸੀਂ ਆ ਕਿੱਥੋਂ ਰਹੇ ਸੀ ਮੈਂ ਬੇਟੀ ਨੂੰ ਲੈ ਕੇ ਆ ਰਹੀ ਸਕੂਲ ਤੋਂ ਅੱਛਾ ਤੇ ਤੁਸੀਂ ਹਾਊਸ ਵਾਈਫ ਹੋ ਜਾਂ ਨਹੀਂ ਮੈਂ ਟੀਚਿੰਗ ਕਰਦੀ ਹਾਂ ਠੀਕ ਹੈ ਕੀ ਹੁਣ ਤੁਸੀਂ ਇਹਦੀ ਪੁਲਿਸ ਕੰਪਲੇਂਟ ਵਗੈਰਾ ਕਰ ਚੁੱਕੇ ਹੋ ਕੁਝ ਨਹੀਂ ਮੇਰੇ ਹਸਬੰਡ ਨੂੰ ਪਤਾ ਨਾ ਸੈਂਟਰ ਸਭ ਕੁਝ ਕਰਤੇ ਹਾਂਜੀ ਹਾਂਜੀ ਠੀਕ ਹੈ ਗਿਰਨ ਤੋਂ ਬਾਅਦ ਉਸ ਤੋਂ ਵੀ ਕੀ ਹੋਇਆ ਜੀ ਉਹਨਾਂ ਨੇ ਮੈਨੂੰ ਮਤਲਬ ਮੈਂ ਜਦੋਂ ਉਹਨੂੰ ਪਕੜਿਆ ਤੇ ਉਹ ਪਹਿਲਾਂ ਵੀ ਮੈਨੂੰ ਜਾਂਦੇ ਜਾਂਦੇ ਮਾਰ ਰਿਹਾ ਸੀਗਾ ਤੇ ਮੈਂ ਉਹਨੂੰ ਪਕੜ ਕੇ ਖਿੱਚ ਰਹੀ ਸੀ ਨਹੀਂ ਤੂੰ ਪਹਿਲਾਂ ਮੇਰੀ ਚਾਨ ਛੋੜ ਤਾਂ ਤੈਨੂੰ ਛੋੜੂੰਗੀ ਮੈਂ ਤੇ ਮਤਲਬ ਐਵੇਂ ਹੀ ਕਰਦੇ ਧੱਕਾ ਮੁੱਕੀ 'ਚ ਉਹ ਗਿਰ ਗਿਆ ਨੀਚੇ ਤੇ ਮੇਰੇ ਵੀ ਚੋਟਾਂ ਲੱਗੀਆਂ ਤੇ ਆਈ ਥਿੰਕ ਸੋ ਉਹ ਵੀ ਕੁਛ ਨਾ ਕੁਛ ਉਹਦੇ ਲੱਗਿਆ ਹੋਊਗਾ ਕਿਉਂਕਿ ਉਹ ਵੀ ਬਹੁਤ ਜ਼ੋਰ ਕੀ ਨੀਚੇ ਗਿਰਿਆ ਫਿਰ ਉਹਨੇ ਡਰ ਕੇ ਚੈਨ ਸੁੱਟਤੀ ਮੇਰੀ ਤੇ ਫਟਾਫਟ ਭੱਜ ਗਏ ਦੋਨੋਂ ਜਣੇ ਸਾਰੇ ਆ ਗਏ ਸੀਗੇ ਨਾਲ ਤਾਂ ਹੀ ਉਹਨਾਂ ਤੋਂ ਡਰ ਕੇ ਉਹ ਭੱਜ ਗਏ ਮੈਂ ਪ੍ਰਵੀਨ ਕੁਮਾਰ ਜੀ ਤੇ ਮੈਂ ਘਟਨਾ 2:10 ਦੇ ਵਿੱਚ ਵਿੱਚ 2:10 ਦੇ ਵਿੱਚ ਵਿੱਚ ਇਹ ਘਟਨਾ ਵਾਪਰੀ ਹੈ ਸਾਨੂੰ ਅੰਦਰੋਂ ਆਵਾਜ਼ ਆਈ ਕਿ ਕਿਸੇ ਨਾਲ ਚੀਕ ਚੰਘਾੜੇ ਦੀ ਆਵਾਜ਼ ਆਈ ਜਦ ਅਸੀਂ ਬਾਹਰ ਨਿਕਲ ਕੇ ਦੇਖਿਆ ਦੋ ਚੈਨ ਸਨੇਚਰ ਇਹ ਸਾਡੇ ਨਾਲ ਦੇ ਗੁਆਂਢੀ ਲੇਡੀ ਹੈ ਉਹਨੇ ਚੈਨ ਸਨੈਚ ਕਰਕੇ ਜਾ ਰਹੇ ਸੀਗੇ ਅਤੇ ਅਸੀਂ ਦੇਖਿਆ ਅਤੇ ਮਗਰ ਲੇਡੀ ਜਾ ਰਹੇ ਜਦ ਮੈਂ ਬਾਹਰ ਨਿਕਲ ਕੇ ਭੱਜਿਆ ਉਹਦੇ ਮਗਰ ਤਾਂ ਉਹ ਛੱਡ ਕੇ ਚੈਨ ਸੁੱਟ ਕੇ ਫਿਰ ਭੱਜ ਗਏ ਫਰਾਰ ਹੋ ਗਏ ਨਾਲ ਇਹਨਾਂ ਦੁਪੱਟਾ ਵੀ ਨਾਲ ਲੈ ਗਏ ਤਾਂ ਉਹ ਡਰ ਗਏ ਸ਼ਾਇਦ ਵੀ ਅਸੀਂ ਪਕੜੇ ਜਾਈਏ ਅਤੇ ਬਹੁਤ ਵੱਡੀ ਘਟਨਾ ਬੁਰੀ ਹੋਈ ਆ ਮੁਹੱਲੇ ਵਾਲਿਆਂ ਨੂੰ ਡਰ ਹੈ ਇਸ ਗੱਲ ਦਾ ਅਤੇ ਕਾਰਵਾਈ ਲਈ ਅਸੀਂ ਇਹ ਕਰਾਂਗੇ ਅਪੀਲ ਪੁਲਿਸ ਪ੍ਰਸ਼ਾਸਨ ਨੂੰ ਸੀ ਸੀ ਟੀ ਵੀ 'ਚ ਰਿਕਾਰਡ ਕੀਤੀ ਗਈ ਅਸੀਂ ਦੇਖਿਆ ਤਾਂ ਹੀ ਤੁਹਾਨੂੰ ਫੋਟੋਆਂ ਵੀ ਅਸੀਂ ਵਾਇਰਲ ਕਰ ਦਿੱਤੀਆਂ ਨੇ 2:10 ਦੇ ਵਿੱਚ ਵਿੱਚ ਇਹ ਘਟਨਾ ਵਾਪਰੀ ਹੈ ਕਿਸੇ ਸੀ ਸੀ ਟੀ ਵੀ ਕੈਮਰੇ 2:04 ਆ ਕਿਸੇ 2:10 ਆ ਅਤੇ ਕੋਈ ਨੰਬਰ ਵਗੈਰਾ ਉਹਨਾਂ ਦਾ ਟਰੇਸ ਹੋਇਆ ਨਹੀਂ ਨੰਬਰ ਅਗਲੇ ਵਾਲੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਦੇਖ ਵੀ ਸਕਦੇ ਹੋ ਸੀ ਸੀ ਟੀ ਵੀ ਕੈਮਰਾ ਦਿਖਾ ਸਕਦੇ ਹਾਂ ਮੂਲੇ ਨੰਬਰ 'ਤੇ ਕੋਈ ਪਲੇਟ ਨਹੀਂ ਸੀ ਪਿੱਛੇ ਨੰਬਰ ਵਾਲੇ ਛੋਟੀ ਪਲੇਟ ਲੱਗਦੇ ਸੀਗੇ ਲੜਕੇ ਲੜਕੇ 30 ਸਾਲ ਤੋਂ ਨੀਚੇ ਸੀ ਤੁਸੀਂ ਫੋਟੋ ਹੀ ਦੇਖ ਸਕਦੇ ਹੋ ਫੋਟੋ ਦਿੱਤੀਆਂ ਕੁਝ ਆਈਡੈਂਟੀਫਾਈ ਹੋਇਆ ਕਿਹੜੀ ਕੰਪਨੀ ਦਾ ਸੀ ਮੋਟਰਸਾਈਕਲ ਸੀ ਇਹ ਦੇਖ ਸਕਦੇ ਹੋ ਸੀ ਸੀ ਟੀ ਵੀ 'ਚ ਕਿਉਂਕਿ ਆਪਾਂ ਤਾਂ ਇੰਨਾ ਹੈ ਨਹੀਂ ਗਾ ਵੀ ਤੁਸੀਂ ਤੁਹਾਨੂੰ ਜ਼ਿਆਦਾ ਤੁਸੀਂ ਪੱਤਰਕਾਰ ਹੋ ਤੁਸੀਂ ਦੇਖ ਸਕਦੇ ਹੋ ਵੀ ਕਿਹੜੀ ਕੰਪਨੀ ਦਾ ਮੋਟਰਸਾਈਕਲ ਹੈ ਪਿੱਛੇ ਪਲੇਟ ਸੀਗੀ ਅੱਗੇ ਪਲੇਟ ਮੈਨੂੰ ਲੱਗਦਾ ਨਹੀਂ ਸੀਗੀ ਜੋ ਜਜਮੈਂਟ ਅਸੀਂ ਕੀਤੀ